ਆਉਂਦਾ ਤੇ ਗੁੱਸਾ ਸਾਡੇ ਤੇ ਕੱਢ ਹੁੰਦਾ ਆ ਦੇਖ ਮੇਰੇ ਹੱਥਾਂ ਤੇ ਲਾਸ਼ਾਂ ਕਿੱਦਾਂ ਪਈਆਂ ਹੋਈਆਂ ਤੇਰੇ ਤੇ ਚਾਰ ਕੀ ਡੰਡੇ ਭਾਰੇ ਆ ਮੈਨੂੰ ਤਾਂ ਪੂਰਾ ਪੀਰ ਹੀ ਬਣ ਕੇ ਰੱਖਿਆ ਤੇਰੇ ਨਾਲ ਤਾਂ ਬੜਾ ਹੀ ਪਿਆਰ ਕਰਦਾ ਮੈਨੂੰ ਲੱਗਦਾ ਇਸ ਨੂੰ ਨੌਕਰੀ ਧੰਦੇ ਲਾ ਲਾ ਕੇ ਮਿਲੀ ਆ ਤੇ ਘਰ ਵਾਲੇ ਵਿੱਚ ਗੁੱਸੇ ਦਾ ਬੰਦਾ ਰਹਿੰਦਾ ਹੋਣਾ ਹੈ ਬੱਚੇ ਸਾਡੇ ਕੋਲ ਲੈ ਰਿਹਾ ਕਾਹਦੇ ਪਤਰੀ ਓਏ ਕਿਉਂ ਮਾਸਟਰ ਨੂੰ ਪੁੱਟੀ ਜਾਂਦੇ ਹੋ ਉਹ ਸਾਡੇ ਉਸਤਾਦ ਜੀ ਹਨ ਅਤੇ ਸਾਨੂੰ ਉਹਦੀ ਇੱਜ਼ਤ ਕਰਨੀ ਚਾਹੀਦੀ ਹੈ ਜੇ ਇੱਜ਼ਤ ਹੀ ਨਹੀਂ ਕਰਾਂਗੇ ਤੇ ਸਿੱਖਾਂਗੇ ਕੀ ਓਏ ਬਸ ਕਰ ਪੰਜਾਬ ਸਿਆਂ ਆਪਣੇ ਨੇਕ ਸਲਾਹਾਂ ਆਪਣੇ ਕੋਲ ਹੀ ਰੱਖਿਆ ਕਰ ਆ ਦੇ ਮੇਰੇ ਹੱਥਾਂ ਤੇ ਲਾਸ਼ਾਂ ਕਿੱਦਾਂ ਪਈਆਂ ਹੋਈਆਂ ਤੇ ਤੂੰ ਚਾਹੁੰਦਾ ਕਿਸੇ ਇੱਜ਼ਤ ਨਾਲ ਜਾ ਕੇ ਕਹੀਏ ਪਿਆਰੇ ਮਾਸਟਰ ਜੀ ਚਾਰ ਕੁ ਹੋਰ ਮਾਰ ਲਵੋ ਉਹ ਸਾਡੇ ਭਲੇ ਲਈ ਸਾਨੂੰ ਝਟਕਦੇ ਆ ਕਿ ਸਾਡਾ ਚੰਗਾ ਭਵਿੱਖ ਬਣ ਸਕੇ ਭਵਿੱਖ ਤਾਂ ਪੰਜਾਬ ਚ ਉਦੋਂ ਚੰਗਾ ਬਣਨਾ ਜਦੋਂ ਬਾਹਰ ਜਾ ਕੇ ਕਮਾਏ ਡਾਲਰ ਪਾਉਣ ਇੱਥੇ ਤਾਂ ਰੋਟੀ ਦੇ ਲਾਲੇ ਪੈ ਜਾਣੇ ਆ ਇੰਨੀ ਚਿੰਤਾ ਨਹੀਂ ਕਰੀ ਦੀ ਹੁੰਦੀ ਪਰਮਾਤਮਾ ਨੇ ਸਾਨੂੰ ਕਿਸੇ ਖਾਸ ਮਨੁੱਖ ਲਈ ਮਨੁੱਖਾ ਜਨਮ ਦਿੱਤਾ ਹੈ ਬਈ ਤੂੰ ਚਾਹੁੰਦਾ ਅਸੀਂ ਕੋਈ ਕੰਮ ਕਾਜ ਨਾ ਕਰੀਏ ਬਸ ਮਾਲਾ ਫੜ ਕੇ ਵਾਹਿਗੁਰੂ ਵਾਹਿਗੁਰੂ ਕਰੀ ਜਾਈਏ ਕਿਰਤ ਕਰਨੀ ਤਾਂ ਗੁਰੂ ਨਾਨਕ ਸਾਹਿਬ ਦਾ ਪਹਿਲਾ ਸੁਲ ਹੈ ਪਰ ਇਸ ਮਨੁੱਖੀ ਜਾਮੇ ਨੂੰ ਸਫਲ ਕਰਨ ਲਈ ਕਿਰਤ ਦੇ ਨਾਲ ਨਾਲ ਨਾਮ ਜਪਣਾ ਤੇ ਵੰਡ ਛਕਣਾ ਵੀ ਬਹੁਤ ਜ਼ਰੂਰੀ ਹੈ ਓਏ ਭੋਲਿਆ ਪੰਛੀਆ ਨਾਮ ਵੀ ਜਪ ਲਵਾਂਗੇ ਬਸ ਇੱਕ ਵਾਰ ਬਾਹਰ ਚਲੇ ਜਾਈਏ ਤੇ ਫਿਰ ਜ਼ਿੰਦਗੀ ਸੈੱਟ ਤੇ ਜਦੋਂ ਸੈੱਟ ਹੋ ਗਏ ਫਿਰ ਨਾਮ ਹੀ ਜਪਣਾ ਹੋਰ ਕਿਹੜਾ ਬੰਬ ਚਲਾਇਆ ਕਰਨੇ ਆ ਇੱਕ ਗੱਲ ਮੇਰੀ ਚੇਤੇ ਰੱਖਿਓ ਜੇ ਨਾਮ ਜਪਣ ਲਈ ਜ਼ਿੰਦਗੀ ਸੈੱਟ ਹੋਣ ਦਾ ਇੰਤਜ਼ਾਰ ਕਰਦੇ ਰਹੇ ਤਾਂ ਉਹ ਵੇਲਾ ਨਾਮ ਜਪੇ ਤੋਂ ਬਿਨਾਂ ਕਦੇ ਨਹੀਂ ਆਉਣਾ ਜਿਹੜਾ ਵੇਲਾ ਹੱਥ 'ਚ ਆਪਾਂ ਉਸ ਨੂੰ ਹੀ ਸੰਭਾਲੀਏ ਹਰ ਜਪਦੇ ਆਖੇ ਨਾ ਟਿਲ ਨਾ ਕੀ ਜਈ ਮੇਰੀ ਜਿੰਦੜੀਏ ਮੱਥ ਕੇ ਜਾਪੇ ਸਾਵੇ ਜਦੋਂ ਜ਼ਿੰਦਗੀ ਸੈੱਟ ਹੋਵੇ ਜੇਬ ਨੋਟਾਂ ਨਾਲ ਭਰੀ ਹੋਵੇ ਐਸ਼ ਦੀ ਜ਼ਿੰਦਗੀ ਹੋਵੇ ਫਿਰ ਆਪਣੀ ਮੂੰਹੋਂ ਨਿਕਲਦਾ ਵਾਹਿਗੁਰੂ ਵਾਹਿਗੁਰੂ ਅਜੇ ਤਾਂ ਸਾਡੀ ਖਾਣ ਪੀਣ ਤੇ ਕਮਾਉਣ ਦੀ ਉਮਰ ਹੈ ਉਹ ਚੱਲ ਛੱਡ ਚਲਾ ਗਿਆ ਐਸ ਕਰਨੋਂ ਪਾਇਆ ਐਸ ਕਰਨੋਂ ਕਰ ਦਿੱਤਾ ਐਵੇਂ ਆਪਣੀ ਜੱਬੀਏ ਜੀ ਹਾਰਦਾ ਰਹਿੰਦਾ ਹੈ ਮੈਨੂੰ ਤੇ ਲੱਗਦਾ ਉਹਦਾ ਦਿਮਾਗ ਹੀ ਹਿੱਲ ਗਿਆ ਹੈ ਕੱਲ ਮਿਲਦਾ ਹੈ ਮਿਲਣ ਕੇ ਸ਼ੇਰ ਪੁੱਤਰਾ ਤੇ ਕੀ ਆ ਕੀ ਆ ਬਾਪੂ ਪੁੱਤਰ ਆਪਣੇ ਆਪ ਨੂੰ ਸੁਣ ਲਈ ਤੇਰੀ ਮਿਹਨਤ ਰੰਗ ਲੈ ਆਈ ਆ ਤੇ ਤੇਰੇ ਸਟੇਟ ਦਾ ਤਾਂ ਵੀਜ਼ਾ ਆ ਗਿਆ ਸੱਚੀ ਬਾਪੂ ਆ ਤੇ ਕਮਾਲ ਹੀ ਹੋ ਗਈ ਹੁਣ ਆਓ ਸਵਾਦ ਆ ਸ਼ਰੀਕ ਬੜੀ ਅੱਤ ਚੁੱਕੇ ਫਿਰਦੇ ਸੀ ਹੁਣ ਕਰਦੇ ਰਹਿਣ ਸਿੱਧੇ ਪਰ ਸ਼ੇਰਾ ਤੂੰ ਤਾਂ ਮੇਰੇ ਦਿਲ ਦੀ ਗੱਲ ਕਹਿ ਦਿੱਤੀ ਆ ਬਸ ਬਾਹਰ ਜਾ ਕੇ ਡੋਲੇ ਸਿੱਟੀ ਚਲੀ ਮੇਰੀ ਪੁੰਛਾ ਤਾਂ ਮੈਂ ਆਪੇ ਚੁਕਾਏ ਰੱਖੂੰ ਹਾਂ ਬਾਪੂ ਹੁਣ ਤਾਂ ਤੂੰ ਐਸ਼ ਹੀ ਕਰਨੀ ਹੈ ਐਸ਼ ਓਏ ਸ਼ੇਰਾ ਹੋ ਤਾਂ ਆਪਣੇ ਉੱਚਾ ਗੁੰਡਿਆ ਕਰਕੇ ਫਿਰਿਆ ਕਰੂੰ ਦੁੱਕੀ ਟਿੱਕੀ ਤਾਂ ਆਪਣੇ ਖੰਗਰ ਨਹੀਂ ਦਿਆ ਕਰਨੀ ਮਾਟੀ ਕੋ ਪੁੱਤਰਾ ਕੈਸੀ ਨਚਿਤ ਹੈ ਦੇਖੇ ਦੇਖੇ ਸੁਣੇ ਬੋਲੇ ਦੋਰਿਓ ਫਿਰਤ ਜਬ ਕਿਛ ਪਾਵੇ ਤਬ ਗਰਬ ਕਰਤ ਹੈ ਮਾਇਆ ਗਈ ਤਬ ਰੋਵਣ ਲੱਗਦਾ ਹੈ ਵਾਹਿਗੁਰੂ ਜੀ ਬਸ ਆ ਚਿੰਤਾ ਤੋਂ ਖਹਿੜਾ ਛੁਡਾ ਦਿਓ ਜੀ
ਬਸ ਇੱਕ ਵਾਰ ਪੱਕਾ ਹੋ ਜਾਵਾਂ ਤੇ ਫਿਰ ਜ਼ਿੰਦਗੀ ਸੈੱਟ ਤੇ ਜਦੋਂ ਸੈੱਟ ਹੋ ਗਏ ਫਿਰ ਨਾਮ ਹੀ ਜਪਣਾ ਹੋਰ ਕਿਹੜਾ ਬੰਦ ਚਲਾਇਆ ਕਰਦੇ ਹਾਂ ਮੇਲਾ ਸਿੰਘ ਆਸਟ੍ਰੇਲੀਅਨ ਸਿਟੀਜ਼ਨ ਹੁਣ ਬਣੀ ਗੱਲ ਅਜੇ ਤਾਂ ਬਹੁਤ ਕੰਮ ਕਰਨ ਵਾਲੇ ਪਏ ਆ ਪਿੰਡ ਸ਼ਰੀਕਾਂ ਦੇ ਨਾਸੀ ਤੋਂ ਚਾੜਨਾ ਜੇ ਪਿੰਡ ਸ਼ਰੀਕ ਹੀ ਨਾ ਸਾੜੇ ਫਿਰ ਇੱਦਾਂ ਦੀ ਸਿਟੀਜ਼ਨਸ਼ਿਪ ਨੂੰ ਰਗੜ ਕੇ ਫੋੜੇ ਤੇ ਉਹਨਾਂ ਨਾ ਕੋਈ ਨਹੀਂ ਕਰਦਾ ਬਾਪੂ ਨੂੰ ਫੋਨ ਪੂਰਾ ਪਿੰਡ ਸੜਦਾ ਮੇਲਾ ਸਿੰਘ ਦੀ ਚੜ੍ਹਾਈ ਨੂੰ ਦੇਖ ਕੇ ਓਏ ਮੇਲਿਆ ਵਧਾਈਆਂ ਵੀ ਤੈਨੂੰ ਥੈਂਕਸ ਬ੍ਰੋ ਆਹਦਾ ਤੇਰਾ ਪੱਕੇ ਹੋਣ ਵਾਲਾ ਵੱਡਾ ਝੰਝਟਾ ਨਿਬੜੀ ਗਿਆ ਹੁਣ ਆਪਣਾ ਘਰ ਲੈ ਲਾ ਬੱਚੇ ਵੀ ਵੱਡੇ ਹੋ ਰਹੇ ਆ ਵੈਸੇ ਹੋਰ ਕਿੰਨਾ ਕੁ ਚਿਰ ਇੱਕ ਨਾਲ ਦੇ ਘਰ ਵਿੱਚ ਰਹੇਗਾ ਬਸ ਇੱਕ ਵਾਰ ਕਰਾਂ ਕਰਨਾ ਪੈਂਦਾ ਫਿਰ ਤਾਂ ਜਿੰਨਾ ਕੰਮ ਕਰਾਏ ਦਿਨ ਮੈਂ ਆ ਨਾ ਉਨੀ ਹੀ ਕਿਸ਼ਤੇ ਨਹੀਂ ਪੈਂਦੀ ਆ ਦੈਟਸ ਅ ਗੁੱਡ ਐਡਵਾਈਸ ਕਿੰਨਾ ਕੁ ਪਹਿਲਾ ਖਰਚਾ ਤਕਰੀਬਨ 70-80 ਡਾਲਰ ਪਹਿਲਾ ਚਾਹੀਦੇ ਆ ਹੈ ਇੰਨੇ ਪੈਸੇ ਮੈਂ ਤਾਂ ਆਪਣੇ ਪਿੰਡ ਬਾਪੂ ਨਾਲ ਮਿਲ ਕੇ ਬਹੁਤ ਸਾਰਾ ਸੋਸ਼ਲ ਵਰਕ ਕਰਨ ਬਾਰੇ ਸੋਚਿਆ ਹੋਇਆ ਹੈ ਯਾਰ ਮਿਲੇ ਆ ਜੇ ਇੱਥੇ ਰਹਿਣਾ ਤਾਂ ਕੁਝ ਤਾਂ ਕਰਨਾ ਹੀ ਪੈਣਾ ਹੈ ਯੂ ਜਸਟ ਗਿਵਿੰਗ ਮੀ ਅ ਹਾਰਡ ਟਾਈਮ ਤੂੰ ਤਾਂ ਮੈਨੂੰ ਚੱਕਰਾਂ ਕੇ ਪਾ ਦਿੱਤਾ ਚੱਲ ਬਈ ਮੈਂ ਜਾਂਦਾ ਫਿਰ ਪਰ ਤੂੰ ਮੇਰੀ ਗੱਲਾਂ ਨੂੰ ਯਾਦ ਕਰੇਂਗਾ ਹੇ ਵਾਹਿਗੁਰੂ ਜੀ ਬਸ ਆ ਘਰ ਦਾ ਝੰਡੇ ਨਿਬੜ ਜਾਏ ਤੇ ਫਿਰ ਜ਼ਿੰਦਗੀ ਸੈੱਟ ਤੇ ਜਦੋਂ ਸੈੱਟ ਹੋ ਗਏ ਫਿਰ ਨਾਮ ਹੀ ਜਪਣਾ ਹੋਰ ਕਿਹੜਾ ਬੰਦ ਚਲਾਇਆ ਕਰਦੇ ਆ ਕ੍ਰਿਸ਼ਨਾ ਬਿੱਲੇ ਹੀ ਕੀ ਦੂਜੀ ਹੈ ਕੋਟ ਜੋਰੇ ਲੱਖ ਕਰੋਰੇ ਮਨ ਨਾ ਹੋਰ ਪਰੇ ਪਰੇ ਹੀ ਕੋ ਲੁਚੀ ਹੈ ਇਨਸਾਨ ਅੰਦਰੋਂ ਪੂਰੀ ਤਰ੍ਹਾਂ ਖੁਰਦਾ ਜਾ ਰਿਹਾ ਹੈ ਲਾਈਫ ਸੈੱਟ ਹੋਣ ਦੇ ਚੱਕਰ ਵਿੱਚ ਮੈਂ ਤਾਂ ਆਪਣਾ ਆਪਾ ਹੀ ਗਵਾ ਲਿਆ ਬੀਤੇ ਦਾ ਕੀ ਝੋਰਾ ਮੇਲਾ ਸਿਆ ਮੈਨੂੰ ਲੱਗਦਾ ਤੂੰ ਇੱਥੇ ਆਪਣੇ ਆਪ ਨੂੰ ਬੜਾ ਇਕੱਲਾ ਮਹਿਸੂਸ ਕਰ ਰਿਹਾ ਹੈ ਕਿਉਂ ਨਾ ਇੱਕ ਵਾਰ ਪੰਜਾਬ ਜਾਇਆ ਆਪਣੇ ਪੁਰਖਿਆਂ ਦੇ ਵਿਰਾਸਤ ਵਿੱਚ ਜਾ ਕੇ ਤੈਨੂੰ ਜ਼ਰੂਰ ਸਕੂਨ ਮਿਲੇਗਾ ਉਸ ਮਿੱਟੀ ਦੇ ਮੋਹਦਿਆਂ ਤੰਦਰ ਤੈਨੂੰ ਆਪਣੇ ਇਕਲਾਵੇ ਵਿੱਚ ਬਹਿ ਲੈਣਗੀਆਂ ਚੰਗੀ ਗੱਲ ਕੀਤੀ ਇਹ ਇੱਕ ਆਸ ਦੀ ਕਿਰਨ ਨਜ਼ਰ ਆ ਰਹੀ ਹੈ ਮਨ ਪਰਦੇਸੀ ਜੇ ਥਿਆ ਸਭ ਦੇਸ ਪਰਾਇਆ ਕਿਸ ਪੈ ਖੋਲੂ ਕੰਟੜੀ ਦੁਖੀ ਪਰ ਆਇਆ ਸ਼ੁਕਰ ਹੈ ਮੇਰੇ ਰੱਬਾ ਮੈਨੂੰ ਮੇਰੇ ਕਿਸੇ ਮੌਕੇ ਤੇ ਮੈਨੂੰ ਮੇਰੇ ਜਮਨ ਭੋਏ ਤੇ ਆਉਣ ਦਾ ਮੌਕਾ ਦਿੱਤਾ ਤੇਰਾ ਲੱਖ ਲੱਖ ਸ਼ੁਕਰ ਹੈ ਸਭ ਤੋਂ ਪਹਿਲਾਂ ਮੈਂ ਆਪਣੇ ਬਚਪਨ ਦੇ ਯਾਰ ਪੰਜਾਬ ਸਿੰਘ ਨੂੰ ਜਾ ਕੇ ਮਿਲਦਾ ਹਾਂ ਪਰ ਓਏ ਪੰਜਾਬ ਸਿਆ ਮੇਰੇ ਬਚਪਨ ਦਾ ਯਾਰ ਮੇਲਾ ਸਿੰਘ ਆ ਮੇਰੇ ਯਾਰ ਗੱਲੇ ਲੱਗ ਤੈਨੂੰ ਦੇਖਣੀ ਤੇ ਮੇਰੀ ਅੱਖਾਂ ਤਰਸ ਗਈਆਂ ਯਾਰ ਜੀ ਤਾਂ ਮੇਰਾ ਵੀ ਬੜਾ ਕਰਦਾ ਸੀ ਪਰ ਵਿਦੇਸ਼ ਦੀ ਮਿੱਠੀ ਜੇਲ੍ਹ ਵਿੱਚ ਕੈਦ ਹੋ ਕੇ ਬਹਿ ਗਿਆ ਸੀ ਜ਼ਿੰਦਗੀ ਸੈੱਟ ਕਰਦਾ ਕਰਦਾ ਜ਼ਿੰਦਗੀ ਦੇ ਅਖੀਰਲੇ ਪੜਾਅ ਤੇ ਪਹੁੰਚ ਗਿਆ ਹੁਣ ਮਹਿਸੂਸ ਹੁੰਦਾ ਹੈ ਕਿ ਜਿਵੇਂ ਸਾਰੀ ਜ਼ਿੰਦਗੀ ਭੰਗ ਦੇ ਭਾਣੇ ਗਵਾ ਦਿੱਤੀ ਰਹਿਣ ਗਵਾਈ ਸੋਏ ਕੈ ਯਾਦ ਕਰ ਸਕੂਲ ਦਾ ਸਮਾਂ ਮੈਂ ਤੈਨੂੰ ਕਿਹਾ ਇੱਕ ਗੱਲ ਮੇਰੀ ਚੇਤੇ ਰੱਖਿਓ ਜੇ ਨਾਮ ਜਪਲੀ ਜ਼ਿੰਦਗੀ ਸੈੱਟ ਹੋਣ ਦਾ ਇੰਤਜ਼ਾਰ ਕਰਦੇ ਰਹੇ ਤਾਂ ਉਹ ਵੇਲਾ ਨਾਮ ਜਪੇ ਤੋਂ ਬਿਨਾਂ ਕਦੇ ਨਹੀਂ ਆਉਣਾ ਜਿਹੜਾ ਵੇਲਾ ਹੱਥ 'ਚ ਹੈ ਆਪਾਂ ਉਸ ਨੂੰ ਹੀ ਸੰਭਾਲੀਏ ਮੈਂ ਤੈਨੂੰ ਕਿਹਾ ਸੀ ਕਿ ਜੇ ਨਾਮ ਜਪਲੀ ਜ਼ਿੰਦਗੀ ਸੈੱਟ ਹੋਣ ਦੀ ਉਡੀਕ ਕਰਦਾ ਰਿਹਾ ਤਾਂ ਉਹ ਤਾਂ ਕਦੇ ਨਹੀਂ ਸੀ ਹੋਣ ਬਲਕਿ ਜ਼ਿੰਦਗੀ ਦਾ ਨਾਮ ਜਪ ਕੇ ਹੀ ਸੈੱਟ ਹੋਣੀ ਸੀ ਮੈਂ ਤਾਂ ਜ਼ਿੰਦਗੀ ਦੀ ਬਾਜ਼ੀ ਹਾਰ ਗਿਆ ਪਰ ਤੂੰ ਆਪਣੀ ਸਰਾਹ ਆਨੰਦ ਇਸ ਮਾਰ
ਗੁਰ ਕੈ ਪਾਨ ਚਲ ਦਿਨ ਰਾਤੀ ਨਾਮ ਚੇਤ ਸੁਖ ਪਾਇੰਦਾ। ਸੁਖ ਦੀ ਤਲਾਸ਼ ਵਿੱਚ ਮੈਂ ਸੱਤ ਸਮੁੰਦਰ ਭਾਰ ਭਟਕਦਾ ਰਿਹਾ, ਪਰ ਤੂੰ ਗਰੀਬੀ ਵਿੱਚ ਵੀ ਪਰਮ ਆਨੰਦ ਨੂੰ ਮਾਣਦਾ ਰਿਹਾ। ਇਸ ਪਰਮ ਆਨੰਦ ਦਾ ਸੰਬੰਧ ਕਿਸੇ ਦੇਸ਼, ਇਲਾਕੇ ਜਾਂ ਮੇਰੀ ਗਰੀਬੀ ਨਾਲ ਨਹੀਂ ਹੁੰਦਾ। ਕਿਰਤ ਕਮਾਈ ਲਈ ਵਿਦੇਸ਼ ਜਾਣਾ ਬੁਰੀ ਗੱਲ ਨਹੀਂ, ਪਰ ਗੱਲ ਬਸ ਇੰਨੀ ਕੁ ਆਵੇ ਹੱਥ ਕਾਰ ਵੱਲ, ਚਿੱਤ ਯਾਰ ਵੱਲ ਭਾਵ ਕੇ ਸਰੀਰ ਨਾਲ ਕਿਰਤ ਕਰਨੀ ਅਤੇ ਮਨ ਨੂੰ ਪ੍ਰਭੂ ਚਰਨਾਂ ਵਿੱਚ ਲਿਆਉਣਾ। ਮੈਂ ਤਾਂ ਜ਼ਿੰਦਗੀ ਦੀ ਬਾਜ਼ੀ ਹਾਰ ਗਿਆ। ਮੈਂ ਆਪਣੀ ਜ਼ਿੰਦਗੀ ਨੂੰ ਸੈੱਟ ਕਰਦਾ ਕਰਦਾ ਮੈਂ ਦਰਗਾਹ ਵਿੱਚ ਕਿਸ ਨੂੰ ਨਾ ਜਾਵਾਂਗਾ। ਗੁਰੂ ਨਾਨਕ ਸਾਹਿਬ ਨੇ ਕਿਰਤ ਦੇ ਨਾਲ ਨਾਲ ਨਾਮ ਜਪਣਾ ਅਤੇ ਵਣ ਛਕਣ ਦਾ ਵੀ ਉਪਦੇਸ਼ ਦਿੱਤਾ ਹੈ। ਕਿਰਤ ਕਮਾਈ ਤੋਂ ਬਥੇਰੀ ਕਰ ਲਈ, ਹੁਣ ਬਾਕੀ ਰਹਿੰਦੇ ਸਵਾਸ ਪਰਮੇਸ਼ੁਰ ਦੀ ਮਦਦੀ ਅਤੇ ਲੋੜਵੰਦਾਂ ਦੀ ਸੇਵਾ ਵਿੱਚ ਰਹਿ। ਗੁਰੂ ਸਾਹਿਬ ਆਪੇ ਕਿਰਪਾ ਕਰਨਗੇ। ਤੂੰ ਸਾਹਿਬ ਸੱਚੇ ਵੇਖ, ਤੂੰ ਸਾਹਿਬ ਸੱਚੇ ਵੇਖ, ਤੂੰ ਸਾਹਿਬ ਸੱਚੇ ਵੇਖ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।